ਓਨਟਾਰੀਓ ਦੇ ਵਿੱਚ ਇਸ ਟਾਈਮ ਹਿਊਜ ਵਾਸਟ ਅਮਾਉਂਟ ਆਫ ਇਹਨਾਂ ਰਿਸੈਸ਼ਨ ਦਾ ਇੰਨਾ ਇਫੈਕਟ ਪਿਆ ਹੋਇਆ ਰਿਸੈਸ਼ਨ ਹੋਰ ਥਾਵਾਂ 'ਤੇ ਵੀ ਆਇਆ ਬਟ ਇਫੈਕਟ ਉਰੇ ਜ਼ਿਆਦਾ ਪਿਆ ਆ ਬਿਕੋਜ਼ ਪਾਪੂਲੇਸ਼ਨ ਇੰਨੀ ਹੋ ਗਈ ਸਿਰਫ ਇੰਟਰਨੈਸ਼ਨਲ ਸਟੂਡੈਂਟਸ ਕਰਕੇ ਅਸੀਂ ਤਾਂ ਕਹਿ ਰਹੇ ਵੀ ਸਾਨੂੰ ਹਾਇਰ ਕਰਨਾ ਬੇਸ਼ੱਕ ਨਾ ਕਰੋ ਐਟਲੀਸਟ ਇੰਟਰਵਿਊ ਦਾ ਤਾਂ ਮਤਲਬ ਚਾਂਸ ਦਿਓ ਨਾ ਅਤੇ ਪਰ ਨਹੀਂ ਕਹਿੰਦੇ ਨਹੀਂ ਹੋ ਸਕਦਾ ਹੈ ਪੋਸੀਬਲ ਨਹੀਂ ਹੈਗਾ ਆ ਅਤੇ ਵੀ ਜਿਹੜੇ ਤਾਂ ਸਟੂਡੈਂਟ ਨਵੇਂ ਆਉਣ ਡੇ ਇੱਥੇ ਕਾਲਜ ਇੱਥੇ ਟਰਾਂਟੋ ਲਾਗੇ ਨਾਲ ਲੈ ਕੇ ਉਹ ਕਿਤੇ ਹੋਰ ਲੈਣ ਕਾਲਜ ਇੱਥੇ ਕੰਮ ਵੀ ਮਿਲੇ ਅਤੇ ਉਹਨਾਂ ਨੂੰ ਹੋਰ ਜੋਬ ਜਾਣੇ ਪੜ੍ਹਾਈ ਵੀ ਉੱਥੇ ਵਧੀਆ ਕਿਉਂਕਿ ਇੱਥੇ ਕੰਮ ਕੁੰਮ ਨਹੀਂ ਹੈਗਾ ਅਤੇ ਕਾਲਜ ਵੀ ਇੱਦਾਂ ਦੇ ਹੀ ਹੈਗਾ ਬਹੁਤੇ ਵਧੀਆ ਕਾਲਜ ਨਹੀਂ ਹੈਗੇ ਇਹ ਵਿਜੂਅਲਸ ਮਿਸੀਸਾਗਾ ਦੇ ਰੀਗਲ ਸਿਕਿਉਰਿਟੀ ਦੀ ਹਾਇਰਿੰਗ ਇਵੈਂਟ ਦੀਆਂ ਨੇ ਜਿੱਥੇ ਕਈ ਇੰਟਰਨੈਸ਼ਨਲ ਵਿਦਿਆਰਥੀ ਸਵੇਰੇ 7 ਵਜੇ ਤੋਂ ਲੈ ਕੇ ਦੁਪਹਿਰ ਤੱਕ ਖੜੇ ਰਹੇ ਆਪਾਂ ਅਕਸਰ ਹੀ ਇੱਕ ਅਨਾਰ ਸੋ ਬਿਮਾਰ ਵਾਲੀ ਕਹਾਵਤ ਸੁਣਦੇ ਆ ਰਹੇ ਹਾਂ ਤੇ ਇਹ ਕਹਾਵਤ ਅੱਜਕੱਲ ਬ੍ਰੈਂਪਟਨ ਅਤੇ ਮਿਸੀਸਾਗਾ ਵਿੱਚ ਸੱਚ ਹੁੰਦੀ ਜਾਪਦੀ ਹੈ 400 ਤੋਂ ਵੱਧ ਇੰਟਰਨੈਸ਼ਨਲ ਸਟੂਡੈਂਟਸ ਆਪਣੇ ਰਿਜ਼ਿਊਮੇ ਦੇ ਨਾਲ ਇੱਥੇ ਪਹੁੰਚੇ ਤੇ ਇਹਨਾਂ ਵਿੱਚੋਂ ਕਈ ਐਸੇ ਹਨ ਜਿਨ੍ਹਾਂ ਨੂੰ ਕਈ ਘੰਟੇ ਲਾਈਨਾਂ ਵਿੱਚ ਖੜੇ ਰਹਿਣ ਤੋਂ ਬਾਅਦ ਬਿਨਾਂ ਇੰਟਰਵਿਊ ਦੇ ਵਾਪਸ ਭੇਜ ਦਿੱਤਾ ਗਿਆ ਇੱਥੇ ਟਾਈਮਿੰਗ ਹੈਗੀ ਇਹਨਾਂ ਨੇ ਦਿੱਤੀ ਹੈ 10 to 3:30 to get inside to give their interviews they haven't said ki tusi inne baje tak aaoge to tuhnu accept karange else we not gonna accept you point ethe aake inhane keh aaya ki line khatam ho gaya tusi jinne piche khade ho tusi apne ghar chal jao ki apa tuhnu accept nahi karna jehde agge khade ho unhanu accept karna jehde piche khade ne unhanu bhi almost like 3 to 4 hours ho gaye ne koi sense nahi bandi hegi bhi oh tuppe sara din khad ke ਕਈ ਇੱਦਾਂ ਦੇ ਲੋਕੀ ਨੇ ਜਿਹੜੇ ਆਪਣੀ ਪੁਰਾਣੀਆਂ ਜੋਬਸ ਜਾਂ ਹੋਰ ਇੰਟਰਵਿਊਜ਼ ਜਿੱਥੇ ਉਹਨਾਂ ਨੂੰ ਪ੍ਰੋਬੇਬਿਲਿਟੀ ਸੀਗੀ ਕਿ ਉਹ ਜਾ ਸਕਦੇ ਨੇ ਉਹ ਛੱਡ ਕੇ ਇੱਥੇ ਖੜੇ ਨੇ ਆਪਣੇ ਸਕੂਲਸ ਛੱਡ ਕੇ ਇੱਥੇ ਖੜੇ ਨੇ ਲਾਈਨਸ ਦੇ ਵਿੱਚ ਕਿ ਸ਼ਾਇਦ ਉਹਨਾਂ ਨੂੰ ਜੋਬ ਮਿਲ ਜੇ ਦੇਅਰ ਆਰ ਸੋ ਮੈਨੀ ਓਪਰਚੁਨਿਟੀਜ਼ ਐਂਡ ਰਿਸੋਰਸਿਸ ਬਟ ਗ੍ਰੈਬ ਕਰਨ ਵਾਲੇ ਉਹਦੇ ਟ੍ਰਿਪਲ ਨੇ ਸੋ ਨੰਬਰ ਘੱਟ ਆ ਓਪਰਚੁਨਿਟੀ ਦੇ ਚਾਂਸਿਸ ਘੱਟ ਨੇ ਕਿਉਂਕਿ ਜੇ ਆਪਾਂ ਉਰੇ ਆਉਣੇ ਪਏ ਹਾਂ ਫੇਅਰ ਦੇ ਵਿੱਚ ਉਰੇ ਤੁਹਾਨੂੰ ਆਉਣ ਤੋਂ ਪਹਿਲਾਂ ਪ੍ਰੋਵਾਈਡ ਨਹੀਂ ਕਰਦੇ ਇਨਫੋਰਮੇਸ਼ਨ ਦੈਟ ਦਿਸ ਇਜ਼ ਦੀ ਚੈੱਕ ਲਿਸਟ ਯੂ ਨੀਡ ਟੂ ਹੈਵ ਦੀਸ ਕੁਆਲੀਫਿਕੇਸ਼ਨਸ ਪੁੱਛਣਗੇ ਤੁਹਾਡਾ ਰੈਜ਼ਮੇ ਹੈਗਾ ਰੈਜ਼ਮੇ ਐਂਡ ਲਾਇਸੈਂਸ ਲੈ ਕੇ ਆਓ ਨੰਬਰ ਦੇ ਲਈ ਤੁਹਾਨੂੰ ਆਲਮੋਸਟ ਪੂਰਾ ਦਿਨ ਹੀ ਵੇਟ ਕਰਨੀ ਪੈਂਦੀ ਹੈ ਸਵੇਰੇ 6 ਵਜੇ ਤੋਂ 6-7 ਵਜੇ ਤੋਂ ਆ ਕੇ ਲਾਈਨਸ ਦੇ ਵਿੱਚ ਖੜੇ ਨੇ ਉਰੇ ਸਟੂਡੈਂਟਸ ਮੈਂ ਫੇਰ ਵੀ ਲੇਟ ਆਈ ਸੀ ਸਟਿਲ ਆਈ ਹੈਵ ਬੀਨ ਵੇਟਿੰਗ ਆਲਮੋਸਟ ਫੋਰ 3 to 4 hours ਰਾਈਟ ਨਾਓ ਯਾਨੀ ਕਿ 10 ਵਜੇ ਤੋਂ 3:30 ਵਜੇ ਤੱਕ ਦਾ ਟਾਈਮ ਸੀਗਾ ਅਤੇ ਅਸੀਂ ਪੂਰੇ 10 ਵਜੇ ਪਹੁੰਚ ਗਏ ਸੀਗੇ ਯਾਨੀ ਕਿ ਬਟ ਫਿਰ ਵੀ ਸਾਡਾ ਯਾਨੀ ਕਿ ਤੁਸੀਂ ਲਾ ਲਓ ਵੀ 2 ਕਿਲੋਮੀਟਰ ਲੰਬੀ ਲਾਈਨ 'ਚ ਅਸੀਂ ਐਂਡ 'ਤੇ ਲੱਗੇ ਸੀਗੇ ਸਹੀ 10 ਵਜੇ ਆ ਕੇ ਵੀ ਅਤੇ ਬਟ ਫਿਰ ਵੀ ਹੁਣ 3 ਘੰਟੇ ਹੋ ਗਏ ਸਾਨੂੰ 3.5 ਘੰਟੇ ਹੋ ਗਏ ਖੜਿਆਂ ਨੂੰ ਜੀ ਅਤੇ ਹੁਣ ਇਹ ਕਹਿੰਦੇ ਆ ਵੀ ਅਸੀਂ ਇੰਟਰਵਿਊ ਕਰ ਨਹੀਂ ਸਕਦੇ ਪਹਿਲਾਂ ਇਹ ਆਏ ਕਹਿੰਦੇ ਕਿ ਤੁਹਾਡੇ ਕੋਲ ਐਕਸਪੀਰੀਅੰਸ ਹੈਗਾ ਜਾਂ ਫਿਰ ਤੁਹਾਡੇ ਕੋਲ ਫੁੱਲ ਟਾਈਮ ਅਵੇਲੇਬਲ ਹੋ ਤਾਂ ਤੁਹਾਨੂੰ ਤੁਹਾਡੇ ਚਾਂਸਿਸ ਹੈਗੇ ਆ ਖੜੇ ਰਹੋ ਨਹੀਂ ਤਾਂ ਚਲੇ ਜਾਓ ਫਿਰ ਥੋੜ੍ਹੀ ਦੇਰ ਬਾਅਦ ਆਏ ਕਾਫੀ ਟਾਈਮ ਬਾਅਦ ਅਸੀਂ ਖੜੇ ਰਹੇ ਤਕਰੀਬਨ 5-6 ਘੰਟੇ ਹੋ ਗਏ ਖੜਿਆਂ ਨੂੰ ਬਟ ਹੁਣ ਇਹ ਕਹਿੰਦੇ ਆ ਕਿ ਨਹੀਂ ਜੀ ਬਸ ਇਸ ਲਾਈਨ ਤੱਕ ਅਸੀਂ ਇੰਟਰਵਿਊਜ਼ ਲਵਾਂਗੇ ਉਸ ਤੋਂ ਬਾਅਦ ਅਸੀਂ ਨਹੀਂ ਕੁਛ ਵੀ ਤੁਹਾਡੇ ਇੰਟਰਵਿਊਜ਼ ਵਗੈਰਾ ਲੈਣੇ ਵੀ ਤੁਸੀਂ ਜਾਓ ਆਪਣੇ ਨਾਮ ਲਿਖਵਾ ਦਿਓ ਮੇ ਬੀ ਤੁਹਾਨੂੰ ਕੋਈ ਕਾਲ ਰਿਸੀਵ ਹੋ ਜਾਏਗੀ ਸਾਡੀ ਏਜੰਸੀ ਦੇ ਵੱਲੋਂ ਅਦਰਵਾਈਜ਼ ਕੋਈ ਚਾਂਸਿਸ ਨਹੀਂ ਹੈਗੇ ਐਟਲੀਸਟ ਉਹਨਾਂ ਨੇ ਟਾਈਮ ਸਲੋਟ ਦਿੱਤਾ ਹੁੰਦਾ ਕਿ ਇੰਨੇ ਟਾਈਮ ਤੱਕ ਜਿਹੜਾ ਹੋਊਗਾ ਉਹਨੂੰ ਅਸੀਂ ਕੰਸੀਡਰ ਕਰਾਂਗੇ ਆਫਟਰ ਦੈਟ ਵੀ ਆਰ ਨਾਟ ਕੰਸੀਡਰਿੰਗ ਐਨੀਬਾਡੀ ਐਂਡ ਉਸ ਉਹਨਾਂ ਬੰਦਿਆਂ ਨੂੰ ਉਹ ਕੰਸੀਡਰ ਕਰਦੇ ਨੇ ਐਟਲੀਸਟ ਬਟ ਆਈ ਡੋਨਟ ਨੋ ਵਾਟਸ ਗੋਇੰਗ ਔਨ ਵਿਦ ਦਿਸ ਮੈਨੇਜਮੈਂਟ ਲਾਈਕ ਦਿਸ ਇਜ਼ ਰੀਲੀ ਸਮਥਿੰਗ ਵਿਚ ਇਜ਼ ਅਪਸੈਟਿੰਗ ਪਿਛਲੇ 2 ਦਿਨਾਂ ਵਿੱਚ ਕਈ ਇਸ ਤਰ੍ਹਾਂ ਦੀਆਂ ਘਟਨਾ ਦੇਖੀਆਂ ਗਈਆਂ ਨੇ ਜਦੋਂ ਅਲੱਗ ਅਲੱਗ ਸਟੋਰਾਂ ਉੱਤੇ ਨੌਕਰੀਆਂ 4 ਜਾਂ 5 ਹੁੰਦੀਆਂ ਤੇ ਉੱਥੇ 400 ਜਾਂ 500 ਲੋਕਾਂ ਦੀ ਲਾਈਨ ਉਸ ਨੌਕਰੀ ਨੂੰ ਹਾਜ਼ਰ ਕਰਨ ਲਈ ਬਤੌਰ ਉਮੀਦਵਾਰ ਖੜੇ ਦੇਖੇ ਜਾਂਦੇ ਆ ਇੱਕ ਪਾਸੇ ਸਰਕਾਰ ਕਹਿੰਦੀ ਹੈ ਕਿ ਕੈਨੇਡਾ ਲੇਬਰ ਸ਼ਾਰਟੇਜ ਤੋਂ ਜੂਝ ਰਿਹਾ ਹੈ ਪਰ GTA ਦੇ ਕਈ ਇਲਾਕਿਆਂ ਵਿੱਚ ਬੇਰੁਜ਼ਗਾਰੀ ਉੱਭਰ ਕੇ ਸਾਹਮਣੇ ਆ ਰਹੀ ਹੈ ਖਾਸ ਕਰਕੇ ਇਹੋ ਜਿਹੇ ਮੌਕਿਆਂ ਦੇ ਉੱਤੇ ਹੁਣ ਦੇਖਣਾ ਇਹ ਹੋਏਗਾ ਕਿ ਇਹ ਸਮੱਸਿਆ GTA ਦੀ ਲੋਕਲ ਸਮੱਸਿਆ ਹੈ ਜਾਂ ਫਿਰ ਇਹ ਪੂਰੇ ਕੈਨੇਡਾ ਦੀ ਸਮੱਸਿਆ ਬਣ ਕੇ ਰਹਿ ਗਈ ਹੈ ਰੈਡ ਫੈਮਿਲੀ ਮੈਂ ਹਰਾਇਲ ਸਿੰਘ